ਨਾ ਅਸੀਂ ਰਾਗ ਤੇ ਸਾਜ ਸਾਂਭੇ ਤੇ ਨਾ ਹੀ ਗੁਰੂ ਘਰ ਦੇ ਰਾਗੀ। ਇਹ ਹੈ ਮੋਹਾਲੀ ਦੇ ਚਾਰ ਫੇਸ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਦਾ ਸੁਰੀਲੀ ਆਵਾਜ਼ ਦੇ ਨਾਲ ਕੀਰਤਨ ਕਰਨ ਵਾਲਾ ਰਾਗੀ ਭਾਈ ਮਨਪ੍ਰੀਤ ਸਿੰਘ, ਜਿਸ ਨੇ ਗੁਰਦੁਆਰਾ ਸਾਹਿਬ ਵਿੱਚ ਘੱਟ ਤਨਖਾਹ ਤੋਂ ਤੰਗ ਆ ਕੇ ਡਿਊਟੀ ਹੀ ਛੱਡ ਦਿੱਤੀ। ਕਹਿੰਦੇ ਡਿਊਟੀ ਛੱਡੀ ਹੈ, ਗੁਰਬਾਣੀ ਦਾ ਕੀਰਤਨ ਕਰਨਾ ਨਹੀਂ। ਆਰਥਿਕ ਤੰਗੀਆਂ ਤੁਰਸ਼ੀਆਂ ਤੋਂ ਔਖੇ ਰਾਗੀ ਭਾਈ ਮਨਪ੍ਰੀਤ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਪਾਰਕ ਦੇ ਕੋਲ ਦਹੀਂ ਤੇ ਭੱਲਿਆਂ ਦੀ ਦੁਕਾਨ ਲਗਾ ਲਈ ਤੇ ਕਮੇਟੀ ਵਾਲੇ ਕਹਿੰਦੇ ਨੇ, ਸੰਗਤ ਸਾਨੂੰ ਪੁੱਛਦੀ ਹੈ ਕਿ ਰਾਗੀ ਸਿੰਘ ਨੇ ਦੁਕਾਨ ਕਿਉਂ ਲਗਾਈ ਹੈ। ਬਸ ਇਹਨਾਂ ਜਿਹੜੇ ਕੜਾਉਂ ਚੌਧਰੀ ਬੈਠੇ ਆ, ਇਹਨਾਂ ਤੋਂ ਦੁਖੀ ਹੋ ਕੇ ਭਜਨ ਕੀਰਤਨ ਦੇ ਗੁਰਦੁਆਰਾ ਸਾਹਿਬ ਛੱਡਤਾ ਸੀ। ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਇਹ ਕਹਿਣ ਦੀ ਗੱਲਾਂ ਭਾਜੀ, ਇਹ ਗੋਲਕ ਇਹਨਾਂ ਦੀ ਆ ਸਾਰੀ। ਇਹ ਆਪਣੇ ਢਿੱਡ ਭਰੀ ਜਾਂਦੇ ਆ ਤਨਖਾਹਾਂ ਦੇ ਕੇ, ਰਾਜ ਨੇ ਕਿਸੇ ਨੂੰ ਵਿਚਾਰੇ ਗ੍ਰੰਥੀ ਸਿੰਘ, ਜਿਹੜੇ ਪਾਟੀ ਸਿੰਘ ਹੋ ਗਏ, ਸੇਵਾਦਾਰ ਹੋ ਗਏ ਭਾਜੀ, 12-12 ਘੰਟੇ ਡਿਊਟੀਆਂ ਕਰਦੇ ਆ ਭਾਜੀ। ਹੁਣ 8,000 ਚ ਮੈਨੂੰ ਤੁਸੀਂ ਪਰਿਵਾਰ ਪਾਲ ਸਕਦਾ ਕੋਈ ਆਪਣਾ? ਸਾਡੀ ਤਨਖਾਹ ਵਧਾਓ ਜੀ, ਸਾਨੂੰ ਇੰਨੇ ਸਾਲ ਹੋ ਗਏ। ਕਹਿੰਦੇ ਕੋਈ ਨਹੀਂ ਜੀ, ਡਿਊਟੀ ਕਰਨੀ ਕਰੋ, ਨਹੀਂ ਤਾਂ ਤੁਸੀਂ ਆਪਣਾ ਹੋਰ ਕਿਤੇ ਦੇਖ ਲਓ। ਸੱਚ ਬੋਲੀ ਜਾਂਦੇ ਹੋ, ਇਹ ਨਾ ਹੋਵੇ ਕਿ ਸ਼ਾਮ ਨੂੰ ਤੁਹਾਡਾ ਬੁਰੀ ਬਿਸਤਰਾ ਗੋਲ ਕੀਤਾ ਹੋਵੇ ਕਿ ਭਾਈ ਸਾਹਿਬ ਇੱਥੋਂ ਚਲੇ ਜਾਓ। ਮਨ ਬੜਾ ਸੀਗਾ, ਚਲੋ ਹਾਂ ਵੀ ਰਾਗੀ ਸਿੰਘ ਬਣ ਕੇ, ਨਾਲੇ ਚਲੋ ਗੁਰੂ ਸਾਹਿਬ ਦੀ ਬਾਣੀ ਪੜਾਂਗੇ, ਹੈ ਨਾ ਜੀ, ਨਾਲੇ ਸਤਿਕਾਰ ਸੰਗਤ ਕਰਦੀ ਹੈ। ਅਤੇ ਹੁਣ ਤਾਂ ਕਰਕੇ ਭਾਅ ਜੀ ਮਨ ਖੱਟਾ ਪੈ ਗਿਆ। ਫਾਦਰ ਸਾਹਿਬ ਨੂੰ ਅਟੈਕ ਪੈ ਗਿਆ ਸੀਗਾ, ਮੈਂ 1,00,000 ਰੁਪਏ ਵਿਆਜ 'ਤੇ ਚੱਕ ਕੇ, ਠੀਕ ਹੈ ਜੀ, ਫਾਦਰ ਸਾਹਿਬ ਦਾ ਇਲਾਜ ਕਰਾਇਆ। ਕਮੇਟੀ ਨੇ ਭਾਅ ਜੀ ਇੱਕ ਵਾਰ ਵੀ ਬੁਲਾ ਕੇ ਨਹੀਂ ਪੁੱਛਿਆ ਦਫ਼ਤਰ 'ਚ ਕਿ ਹਾਂ ਭਾਈ ਸਾਹਿਬ ਜੀ ਕੋਈ ਚੀਜ਼ ਦੀ ਲੋੜ ਹੈ। ਦਾ ਅਨਮਿਊਟ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਗੁਰਦੁਆਰਾ ਸਾਹਿਬ ਦੇ ਵਿੱਚ ਰਾਗੀ ਸਿੰਘਾਂ ਦੀ ਅਤੇ ਗ੍ਰੰਥੀ ਸਿੰਘਾਂ ਦੀ ਬਹੁਤ ਵੱਡੀ ਭੂਮਿਕਾ ਮੰਨੀ ਜਾਂਦੀ ਹੈ। ਗੁਰਬਾਣੀ ਦਾ ਉਚਾਰਨ ਹੁੰਦਾ ਹੈ, ਸੰਗਤ ਗੁਰ ਸ਼ਬਦ ਦੇ ਨਾਲ ਜੁੜਦੀ ਹੈ, ਪਰ ਇੱਕ ਅਜਿਹੀ ਕਹਿ ਸਕਦੇ ਹਾਂ ਕਿ ਨਵੇਕਲੀ ਕਿਸਮ ਦੀ ਉਦਾਹਰਨ ਸਾਡੇ ਸਾਹਮਣੇ ਆਈ ਹੈ, ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੀ ਹੈ। ਇੱਕ ਸੁਰੀਲੀ ਆਵਾਜ਼ ਦਾ ਰਾਗੀ ਸਿੰਘ ਹੈ, ਪਰ ਉਸ ਨੂੰ ਕਿਹੜੀਆਂ ਮਜਬੂਰੀਆਂ ਦਾ ਕਰਕੇ ਜਿਹੜਾ ਦੁਕਾਨ ਲਗਾਉਣੀ ਪੈ ਰਹੀ ਹੈ, ਅਜਿਹੇ ਕਿਹੜੇ ਕਾਰਨ ਨੇ, ਗੱਲਬਾਤ ਕਰਨ ਦਾ ਯਤਨ ਕਰਾਂਗੇ। ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਭਾਅ ਜੀ ਮਨਪ੍ਰੀਤ ਸਿੰਘ। ਅਤੇ ਕਦੋਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਦੇ ਹੋ ਤੁਸੀਂ? ਮੈਨੂੰ ਹੋ ਗਏ ਵੀਰ ਜੀ 10 ਸਾਲ। ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਜੀ ਹਾਈ ਜੈਕਰ, ਤੁਸੀਂ ਨਾਮ ਸੁਣਿਆ ਹੋਣਾ ਉਹਨਾਂ ਦਾ, ਬੜੀ ਕੁਰਬਾਨੀ ਉਹਨਾਂ ਦੀ। ਅਤੇ ਉਹਨਾਂ ਨਾਲ ਭਾਈ ਸਾਹਿਬ ਨਾਲ ਮੈਨੂੰ 10 ਸਾਲ ਹੋ ਗਏ ਜੀ, ਗੁਰਦੁਆਰਾ ਚਾਰ ਫੇਸ ਡੋਡੀ ਨਿਭਾਉਂਦੇ ਹੋਏ ਸਾਈਡ 'ਤੇ ਜੀ। ਅਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਤੇ ਨੇ ਕਿ ਅਜਿਹੇ ਕਿਹੜੇ ਕਾਰਨ ਭਰੇ ਬਣੇ, ਜਿਨ੍ਹਾਂ ਕਾਰਨਾਂ ਦਾ ਕਰਕੇ ਤੁਸੀਂ ਜਿਹੜਾ ਦੁਕਾਨ ਲਗਾਉਣ ਨੂੰ ਮਜਬੂਰ ਹੋ ਗਏ ਹੋ? ਵੀਰ ਜੀ ਤੁਹਾਨੂੰ ਪਤਾ ਹੀ ਹੈ, ਗੁਰਦੁਆਰਿਆਂ 'ਚ ਤਨਖਾਹਾਂ ਬਹੁਤ ਘੱਟ ਹੈ ਨਾ ਜੀ, ਜਿਹਦੇ ਕਰਕੇ ਪਰਿਵਾਰ ਪਾਲਣਾ ਬੜਾ ਔਖਾ ਹੈ। ਤਾਂ ਕਰਕੇ ਸੋਚਿਆ ਚਲੋ ਆਪਣਾ ਵੀ ਕੰਮ ਕੋਈ ਹੋਣਾ ਚਾਹੀਦਾ, ਚਲੋ ਗੁਰੂ ਸਾਹਿਬ ਨੇ ਫਿਰ ਦਾਤ ਬਖਸ਼ੀ ਹੈ। ਚਲੋ ਧਾਰਮਿਕ ਕੈਟਾਗਰੀ ਦੇ ਨਾਲ ਸੰਬੰਧਿਤ ਤਾਂ ਬਹੁਤੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਸ਼ਰਮਾਉਂਦੇ ਨੇ ਕਿ ਸਾਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਪਰ ਤੁਹਾਡਾ ਇਸ ਚੀਜ਼ ਦੇ ਵੱਲੇ ਰੁਝਾਨ ਕਿੱਦਾਂ ਪੈਦਾ ਹੋ ਗਿਆ? ਵੀਰ ਜੀ ਬਸ ਸੋਚਿਆ ਸੀ ਕੋਈ ਆਪਣਾ ਕੰਮ ਵੀ ਕਰੀਏ, ਕਿਉਂਕਿ ਹੁਣ ਬੱਚੇ ਹੋ ਗਏ 2, ਜਦੋਂ ਫਿਰ ਦੇਖਿਆ ਕਿ ਪੜ੍ਹਾਈ ਬੱਚਿਆਂ ਦੀ ਬੜੀ ਮਹਿੰਗੀ ਹੈ, ਅਤੇ ਕਮੇਟੀ ਵਾਲੇ ਤਾਂ ਪੁੱਛਦੇ ਨਹੀਂ ਭਾਅ ਜੀ, ਤਨਖਾਹਾਂ ਬਹੁਤ ਘੱਟ ਹੈ, ਅਤੇ ਮੈਂ ਸੋਚਿਆ ਮੈਂ ਚਲੋ ਆਪਣਾ ਵੀ ਕੰਮ ਕਰੀਏ ਕੋਈ।
ਫਿਰ ਲੋਕਡਾਊਨ 'ਚ ਭਾਅ ਜੀ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਦੇਖ ਦੇਖ ਕੇ ਯੂਟਿਊਬ ਤੋਂ, ਅਤੇ ਮੈਂ ਸੋਚਿਆ ਮੈਂ ਚਲੋ ਆਪਣਾ ਕੰਮ ਕਰੀਏ। ਕੀਰਤਨ ਕਿੰਨੇ ਸਮੇਂ ਤੋਂ ਕਰਦੇ ਹੋ ਤੁਸੀਂ? ਕੀਰਤਨ ਮੈਨੂੰ ਹੋ ਗਏ ਭਾਅ ਜੀ 20 ਸਾਲ ਹੋ ਗਏ ਕੀਰਤਨ ਕਰਦੇ ਹੋਏ। ਪਹਿਲਾਂ ਮੈਂ 10 ਸਾਲ ਭਾਅ ਜੀ ਰਾੜਾ ਸਾਹਿਬ ਵੀ ਰਹਿ ਕੇ ਆਇਆ, ਉੱਥੇ ਮੈਂ ਸੰਥਿਆ ਪ੍ਰਾਪਤ ਕੀਤੀ ਹੈ ਲੜੀਵਾਰ। ਫਿਰ ਉਸ ਤੋਂ ਬਾਅਦ ਮੈਂ 3 ਸਾਲ ਦਾ ਕੋਰਸ ਕੀਤਾ ਹਾਰਮੋਨੀਅਮ ਦਾ ਜਗਾਦਰੀ। ਫਿਰ ਉਸ ਤੋਂ ਬਾਅਦ ਭਾਅ ਜੀ ਮੈਂ ਫਿਰ ਆਪਣਾ ਕੀਰਤਨ ਸ਼ੁਰੂ ਕਰਤਾ ਸੀ ਕਰਨਾ। ਕੀਰਤਨ ਸਿੱਖਣ ਪਿੱਛੇ ਇੰਨੇ ਲੰਬੇ ਸਮੇਂ ਦੀ ਤੁਹਾਡੀ ਸਟਰਗਲ ਹੈ, ਕੀਰਤਨ ਸਿੱਖਣ ਤੋਂ ਪਹਿਲਾਂ ਮਨ ਦੇ ਵਿੱਚ ਕੀ ਵਿਕਲਪ ਪੈਦਾ ਹੋਇਆ ਸੀ ਕਿ ਕਿਹੜੀ ਚੀਜ਼ ਨੂੰ ਲੈ ਕੇ ਸਿੱਖਣਾ ਚਾਹੀਦਾ ਆ? ਭਾਅ ਜੀ ਦੇਖੋ, ਮੇਰੇ ਮਦਰ ਹੋ ਗਏ ਸੀ ਪੂਰੇ, ਮੈਂ ਸੀਗਾ 2 ਸਾਲ ਦਾ। ਫਿਰ ਉਸ ਤੋਂ ਬਾਅਦ ਸਾਡੇ ਚਾਚਾ ਜੀ ਨੇ ਸਾਨੂੰ ਰੱਖਿਆ, ਹੈ ਨਾ ਜੀ। ਫਿਰ ਉਸ ਤੋਂ ਬਾਅਦ ਚਲੋ ਚਾਚਾ ਜੀ ਨੇ ਸਾਨੂੰ ਸੋਚਿਆ ਚਲੋ ਇਹਨਾਂ ਨੂੰ ਕਿਸੇ ਚੰਗੀ ਥਾਂ ਪਾਈਏ ਕਿ ਬੱਚੇ ਪੜ੍ਹ ਲਿਖ ਕੇ ਕਾਮਯਾਬ ਹੋ ਜਾਣ। ਫਿਰ ਸਾਡੇ ਚਾਚਾ ਜੀ ਨੇ ਸਾਨੂੰ ਗੁਰਦੁਆਰਾ ਸਾਹਿਬ ਛੱਡਤਾ ਸੀ। ਮਨ ਬੜਾ ਸੀਗਾ ਚਲੋ ਹਾਂ ਵੀ ਰਾਗੀ ਸਿੰਘ ਬਣ ਕੇ ਨਾਲੇ ਚਲੋ ਗੁਰੂ ਸਾਹਿਬ ਦੀ ਬਾਣੀ ਪੜ੍ਹਾਂਗੇ, ਹੈ ਨਾ ਜੀ, ਨਾਲੇ ਸਤਿਕਾਰ ਸੰਗਤ ਕਰਦੀ ਹੈ। ਚਲੋ ਭਾਅ ਜੀ ਸੰਗਤ ਸਤਿਕਾਰ ਕਰਦੀ ਹੈ, ਲੇਕਿਨ ਕਮੇਟੀਆਂ ਦਾ ਭਾਅ ਜੀ ਬਹੁਤ ਬੁਰਾ ਹਾਲ ਹੈ, ਕੋਈ ਪੁੱਛਦਾ ਨਹੀਂ ਕਿਸੇ ਨੂੰ, ਹੈ ਨਾ ਜੀ। ਅਤੇ ਹੁਣ ਤਾਂ ਕਰਕੇ ਭਾਅ ਜੀ ਮਨ ਖੱਟਾ ਪੈ ਗਿਆ। ਫਿਰ ਮੈਂ ਸੋਚਿਆ ਮੈਂ ਚਲੋ ਆਪਣਾ ਕੰਮ ਵੀ ਕੋਈ ਹੋਣਾ ਚਾਹੀਦਾ, ਤਾਂ ਕਰਕੇ ਭਾਅ ਜੀ ਚਲੋ ਆਪਣਾ ਕੰਮ ਸ਼ੁਰੂ ਕੀਤਾ ਜੀ। ਕਮੇਟੀ ਤੋਂ ਕਿਹੜੀ ਚੀਜ਼ ਨੂੰ ਲੈ ਕੇ ਨਿਰਾਸ਼ ਹੋ? ਕਿਉਂਕਿ ਜਦੋਂ ਰਾਗੀ ਸਿੰਘਾਂ ਦੀ ਗੱਲ ਕੀਤੀ ਜਾਂਦੀ ਹੈ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਂਦੀ ਹੈ, ਤਾਂ ਆਪਸ ਦੇ ਵਿੱਚ ਬਹੁਤ ਨੇੜਲੇ ਸੰਬੰਧ ਹੁੰਦੇ ਆ, ਦੋਨੇ ਚੀਜ਼ਾਂ ਇੱਕ ਦੂਜੀ ਦੀ ਅਟੈਚਮੈਂਟ ਦੇ ਨਾਲ ਚੱਲਦੀਆਂ ਨੇ, ਪਰ ਕਮੇਟੀ ਤੋਂ ਨਿਰਾਸ਼ਤਾ ਕਿਹੜੀ ਗੱਲ ਤੋਂ ਆ ਤੁਹਾਨੂੰ? ਨਿਰਾਸ਼ਤਾ ਭਾਅ ਜੀ ਇੱਦਾਂ ਦੇਖੋ, ਕਮੇਟੀ ਕੋਈ ਪੁੱਛਦੀ ਹੈ ਨਹੀਂ ਕਿਸੇ ਨੂੰ, ਠੀਕ ਆ ਜੀ। ਹੁਣ ਪਿੱਛੇ ਜੇ ਮੇਰੇ ਫਾਦਰ ਸਾਹਿਬ ਨੂੰ ਅਟੈਕ ਪੈ ਗਿਆ ਸੀਗਾ, ਠੀਕ ਆ ਜੀ, ਇਹਨਾਂ ਨੂੰ ਸਟੰਟ ਪਿਆ, 1.5 ਲੱਖ ਦਾ ਖਰਚਾ ਹੋਇਆ, ਮੈਂ ਅਤੇ ਮੇਰੇ ਛੋਟੇ ਭਰਾ ਨੇ ਮਦਦ ਕੀਤੀ ਹੈ, ਠੀਕ ਹੈ ਜੀ। ਮੈਂ 1 ਲੱਖ ਰੁਪਏ ਵਿਆਜ 'ਤੇ ਚੱਕ ਕੇ, ਠੀਕ ਹੈ ਜੀ, ਫਾਦਰ ਸਾਹਿਬ ਦਾ ਇਲਾਜ ਕਰਾਇਆ, ਅਤੇ ਛੋਟੇ ਭਰਾ ਨੇ ਥੋੜ੍ਹੀ ਮਦਦ ਕੀਤੀ ਹੈ ਮੇਰੀ 50,000 ਦੀ, ਠੀਕ ਹੈ ਜੀ। ਮਤਲਬ ਕਿ ਦੇਖੋ, ਕਮੇਟੀ ਨੇ ਭਾਅ ਜੀ ਇੱਕ ਵਾਰ ਵੀ ਬੁਲਾ ਕੇ ਨਹੀਂ ਪੁੱਛਿਆ ਦਫ਼ਤਰ 'ਚ ਕਿ ਹਾਂ ਭਾਈ ਸਾਹਿਬ ਜੀ ਕੋਈ ਚੀਜ਼ ਦੀ ਲੋੜ ਹੈ ਜਾਂ ਤੁਹਾਡੇ ਫਾਦਰ ਸਾਹਿਬ ਨੂੰ ਕੀ ਹੋ ਗਿਆ। ਭਾਅ ਜੀ ਅਸੀਂ ਇੱਥੇ ਡਿਊਟੀ ਕਰ ਰਹੇ ਹਾਂ, ਠੀਕ ਹੈ, 10 ਸਾਲ ਤੋਂ ਡਿਊਟੀ ਕਰ ਰਹੇ, ਇਹਨਾਂ ਦਾ ਫਰਜ਼ ਨਹੀਂ ਬਣਦਾ ਪੁੱਛਣ ਦਾ, ਤੁਸੀਂ ਮਦਦ ਨਾ ਕਰੋ, ਇੱਕ ਵਾਰੀ ਬੁਲਾ ਕੇ ਪੁੱਛਤਾ ਲਓ। ਮੇਰਾ ਬੇਟਾ ਭਾਅ ਜੀ 3 ਸਾਲ ਪਹਿਲਾਂ ਬਿਮਾਰ ਹੋ ਗਿਆ ਸੀ, ਉਹਨੂੰ ਦੌਰਾ ਪੈ ਗਿਆ ਸੀਗਾ, ਉਹ ਵੀ 15-20 ਦਿਨ ਤੱਕ ਰਹਿ ਕੇ ਆਏ, ਉਸ 'ਤੇ ਵੀ 30-40 ਹਜ਼ਾਰ ਰੁਪਇਆ ਲੱਗਿਆ ਸੀ। ਅਤੇ ਭਾਅ ਜੀ ਕਮੇਟੀ ਨੇ ਇੱਕ ਵਾਰ ਵੀ ਨਹੀਂ ਪੁੱਛਿਆ, ਮੇਰਾ ਬੇਟਾ 2 ਸਾਲ ਦਾ ਹੈ। ਹੁਣ ਜਿੱਥੇ ਭਾਅ ਜੀ ਆਪਾਂ ਜੇ ਕਿਸੇ ਦੇ ਥੱਲੇ ਵੀ ਨੌਕਰੀ ਕਰੀਏ, ਠੀਕ ਹੈ ਨਾ, ਉਹ ਵੀ ਅਗਲਾ ਪੁੱਛਦਾ ਹੈ ਕਿ ਹਾਂ ਵੀ ਕੋਈ ਬੇਟਾ ਲੋੜ ਤਾਂ ਨਹੀਂ ਹੈ, ਇਹ ਕਮੇਟੀ ਵਾਲੇ ਭਾਅ ਜੀ ਕਿਸੇ ਨੂੰ ਪੁੱਛਦੇ ਨਹੀਂ, ਫਿਰ ਕੀ ਕਰਨਾ ਡਿਊਟੀ ਕਰਕੇ ਭਾਅ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਗੋਲਕ ਜਿਹਨੂੰ ਸੰਗਤ ਮੱਥਾ ਟੇਕਦੀ, ਉਹਨੂੰ ਤਾਂ ਗਰੀਬ ਦਾ ਮੂੰਹ ਕਿਹਾ ਜਾਂਦਾ ਗੋਲਕ ਨੂੰ, ਪਰ ਉਹਨਾਂ ਤਮਾਮ ਸਾਰੀਆਂ ਚੀਜ਼ਾਂ ਤੋਂ ਪ੍ਰਬੰਧਕ ਵੀ ਉਲਾਂਭੇ ਕਿਉਂ ਹੋ ਗਏ ਫਿਰ? ਇਹ ਭਾਅ ਜੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਇਹ ਕਹਿਣ ਦੀ ਗੱਲਾਂ ਭਾਅ ਜੀ, ਇਹ ਗੋਲਕ ਇਹਨਾਂ ਦੀ ਆ ਸਾਰੀ, ਇਹ ਆਪਣੇ ਢਿੱਡ ਭਰੀ ਜਾਂਦੇ ਆ, ਠੀਕ ਹੈ ਨਾ, ਤਨਖਾਹਾਂ ਦੇ ਕੇ ਰਾਜ ਨਹੀਂ ਕਿਸੇ ਨੂੰ, ਵਿਚਾਰੇ ਗ੍ਰੰਥੀ ਸਿੰਘ ਜਿਹੜੇ ਪਾਟੀ ਸਿੰਘ ਹੋ ਗਏ, ਸੇਵਾਦਾਰ ਹੋ ਗਏ ਭਾਅ ਜੀ, 12-12 ਘੰਟੇ ਡਿਊਟੀ ਕਰਦੇ ਆ ਭਾਅ ਜੀ, 8-8 ਹਜ਼ਾਰ ਰੁਪਇਆ ਤਨਖਾਹ, ਤੁਸੀਂ ਆਪ ਸਮਝਦਾਰ ਹੋ, ਤੁਸੀਂ ਵੀ ਸਲੈਮ 'ਚ ਵਿਚਰੇ ਹੋਇਓ, ਤੁਹਾਡੇ ਤੋਂ ਵੀ ਬੜੀ ਕਿਰਪਾ ਮਹਾਰਾਜ ਦੀ, ਹੈ ਨਾ ਜੀ। ਅਤੇ ਭਾਅ ਜੀ ਹੁਣ 8 ਹਜ਼ਾਰ 'ਚ ਮੈਨੂੰ ਦੱਸੋ ਪਰਿਵਾਰ ਪਾਲ ਸਕਦਾ ਕੋਈ ਆਪਣਾ? ਹੁਣ ਜਿਹੜਾ ਰਾਸ਼ਨ ਇਹ ਲੈਣ ਜਾਣਗੇ, ਜੋ ਇਹਨਾਂ ਨੂੰ ਰੇਟ ਮਿਲਣਾ ਵੀ ਸਾਨੂੰ ਮਿਲਣਾ, ਹੈ ਨਾ ਜੀ। 12 ਹਜ਼ਾਰ ਤਾਂ ਭਾਅ ਜੀ ਮੇਰੇ ਬੱਚਿਆਂ ਦੀ ਫੀਸ ਹੈ ਸਕੂਲ ਦੀ, ਇਹ ਤਨਖਾਹ ਦਿੰਦੇ 9 ਹਜ਼ਾਰ ਰੁਪਇਆ। ਭਾਈ ਜੀ ਤੁਸੀਂ ਇੱਥੇ ਦੁਕਾਨ 'ਤੇ ਲਗਾ ਕੇ ਬਹਿ ਗਏ ਹੋ, ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਨਾਲ ਗੱਲ ਕਰ ਲੈਣੀ ਸੀ ਕਿ ਮੈਂ ਦੁਕਾਨ ਲਾਉਣੀ ਚਾਹੁੰਦਾ, ਜੇ ਤੁਸੀਂ ਮੇਰੀ ਤਨਖਾਹ ਵਧਾਉਣੀ ਹੋ ਤਾਂ ਮੈਂ ਨਹੀਂ ਦੁਕਾਨ ਲਗਾਊਂਗਾ। ਵੀਰ ਜੀ ਇਹ ਕਮੇਟੀ ਨਾਲ ਅਸੀਂ ਕਈ ਵਾਰੀ ਗੱਲ ਕੀਤੀ ਹੈ ਭਾਈ ਸਾਹਿਬ ਨੇ, ਭਾਈ ਸਾਹਿਬ ਤੇਜਿੰਦਰ ਸਿੰਘ ਜੀ, ਉਹਨਾਂ ਦੀ ਭਾਅ ਜੀ ਕੋਈ ਦੇਣ ਦੇ ਨਹੀਂ ਸਕਦਾ, ਉਹਨਾਂ ਦੀ ਇੰਨੀ ਕੁਰਬਾਨੀ ਹੈ ਨਾ, ਅਤੇ ਉਹਨਾਂ ਦੀ ਵੀ ਇੱਜ਼ਤ ਨਹੀਂ ਕਰਦੇ ਭਾਈ ਕਮੇਟੀ ਵਾਲੇ। ਅਤੇ ਭਾਈ ਸਾਹਿਬ ਨੇ ਇੱਕ ਵਾਰੀ ਕਿਹਾ ਸੀਗਾ ਕਿ ਹਾਂਜੀ ਸਾਡੀ ਤਨਖਾਹ ਵਧਾਓ ਜੀ, ਸਾਨੂੰ ਇੰਨੇ ਸਾਲ ਹੋ ਗਏ, ਕਹਿੰਦੇ ਕੋਈ ਨਹੀਂ ਜੀ ਡਿਊਟੀ ਕਰਨੀ ਕਰੋ, ਨਹੀਂ ਤਾਂ ਤੁਸੀਂ ਆਪਣਾ ਹੋਰ ਕਿਤੇ ਦੇਖ ਲਓ। ਤਨਖਾਹ ਵਧਾਉਣ ਦੇ ਚੱਕਰ 'ਚ ਇੰਨੀ ਗੱਲਾਂ ਕਹਿਤੀਆਂ, ਉਹਨਾਂ ਦੀ ਕੁਰਬਾਨੀ ਦੇਖ ਲਓ, ਇਹ ਤਾਂ ਭਾਅ ਜੀ ਉਹਨਾਂ ਦੇ ਪੈਰਾਂ ਵਰਗੇ ਨਹੀਂ ਬਣ ਸਕਦੇ ਕਦੇ, ਜਿਹਨੇ ਇੰਨੀ ਕੁਰਬਾਨੀ ਕੀਤੀ ਹੋਈ ਸਾਡੇ ਵਾਸਤੇ, ਅਤੇ ਉਹਨਾਂ ਦੀ ਕਦਰ ਨਹੀਂ ਕਰ ਸਕਦੇ। ਭਾਈ ਸਾਹਿਬ ਦੇ ਫਾਦਰ ਸਾਹਿਬ ਭਾਅ ਜੀ ਇੰਨੇ ਕੀ ਕਹਿੰਦੇ ਤੁਸੀਂ ਦੱਸ ਨਹੀਂ ਸਕਦੇ, ਇੰਨੇ ਵਿਚਾਰੇ ਉਹ ਬਿਮਾਰ ਨੇ, ਬੈੱਡ 'ਤੇ ਪਏ ਨੇ, ਹੈ ਜੀ, ਉਹਨਾਂ ਦਾ 5-6 ਲੱਖ ਰੁਪਇਆ ਲੱਗ ਗਿਆ,
ਤੇ ਕਮੇਟੀ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਭਾਈ ਸਾਹਿਬ ਨੂੰ ਕਿ ਹਾਂ ਭਾਈ ਸਾਹਿਬ ਜੀ ਕੋਈ ਚੀਜ਼ ਦੀ ਲੋੜ ਤਾਂ ਨਹੀਂ ਹੈ। ਸੰਗਤ ਭਾਅ ਜੀ ਬਹੁਤ ਇੱਥੇ ਸੰਗਤ ਬੜਾ ਪਿਆਰ ਕਰਦੀ ਹੈ। ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ਿੰਮੇਦਾਰ ਸੱਜਣ ਬਣਦੇ ਨੇ ਉਹ ਵੀ ਸਾਡੇ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ ਕੋਈ ਕਮੇਟੀ ਦਾ ਪ੍ਰਧਾਨ ਬਣਦਾ ਹੈ, ਕੋਈ ਸੈਕਟਰੀ ਖਜ਼ਾਨਚੀ ਬਣਦਾ ਹੈ, ਕੀ ਲੱਗਦਾ ਕਿ ਫਿਰ ਉਹਨਾਂ ਉਹ ਜਿਹੜੇ ਲੋਕ ਨੇ ਉਹ ਆਪਣੀਆਂ ਜ਼ਿੰਮੇਦਾਰੀਆਂ ਤੋਂ ਭਗੌੜੇ ਕਿਉਂ ਹੋ ਰਹੇ ਆ? ਭਾਅ ਜੀ ਉਹਨਾਂ ਨੂੰ ਕੋਈ ਗੁਰੂ ਸਾਹਿਬ ਨਾਲ ਪਿਆਰ ਨਹੀਂਗਾ, ਉਹ ਕੁਰਸੀਆਂ ਦੇ ਭੁੱਖੇ ਨੇ ਬਸ। ਠੀਕ ਆ ਜੀ, ਆਪਾਂ ਤਾਂ ਜੋ ਬੋਲਣਾ ਸੱਚ ਬੋਲਣਾ, ਡਰ ਕਿਸੇ ਦਾ ਹੈ ਨਹੀਂ, ਡਰ ਹੈ ਗੁਰੂ ਸਾਹਿਬ ਦਾ। ਹੁਣ ਮੈਨੂੰ ਕਈ ਕਹਿੰਦੇ ਨੇ, ਮੇਰੀ ਪਹਿਲਾਂ ਇੰਟਰਵਿਊ ਹੋਈ ਸੀਗੀਆਂ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਾਡੇ ਖਿਲਾਫ਼ ਹੀ ਬੋਲਦੇ ਹੋ। ਮੈਂ ਕਿਹਾ ਜੀ ਦੱਸੋ ਜੋ ਸੱਚ ਆ ਮੈਂ ਸੱਚ ਹੀ ਬੋਲ ਰਿਹਾ ਨਾ, ਠੀਕ ਹੈ ਨਾ, ਸੱਚ ਬੋਲਣ ਤੋਂ ਕੋਈ ਰੋਕ ਨਹੀਂ ਸਕਦਾ। ਠੀਕ ਹੈ ਨਾ, ਜਾਂ ਦੱਸੋ ਮੈਂ ਝੂਠ ਬੋਲ ਰਿਹਾ ਹੋਵਾਂ, ਅਤੇ ਉਹਨਾਂ ਨੂੰ ਤਕਲੀਫ਼ ਵੀ ਹੁੰਦੀ ਕਿ ਹਾਂ ਵੀ ਸਾਡੇ ਸ਼ਰਿਆਮ ਹੀ ਚੱਲਦਾ, ਅਤੇ ਆਪਾਂ ਤਾਂ ਸੱਚ ਹੀ ਬੋਲਣਾ, ਜੋ ਸਾਨੂੰ ਦਿੱਕਤਾਂ ਲੱਗਦੀਆਂ ਅਸੀਂ ਤਾਂ ਬੋਲਣੀਆਂ। ਇੰਨਾ ਸੱਚ ਬੋਲੀ ਜਾਂਦੇ ਹੋ, ਇਹ ਨਾ ਹੋਵੇ ਕਿ ਸ਼ਾਮ ਨੂੰ ਤੁਹਾਡਾ ਬੁਰੀ ਬਿਸਤਰਾ ਗੋਲ ਕੀਤਾ ਹੋਵੇ ਕਿ ਭਾਈ ਸਾਹਿਬ ਇੱਥੋਂ ਚਲੇ ਜਾਓ। ਭਾਅ ਜੀ ਅਸੀਂ ਤਾਂ ਪਹਿਲਾਂ ਹੀ ਜੋਬ 'ਤੇ ਬੈਠੇ ਹਾਂ ਡਿਊਟੀ ਵਾਸਤੇ ਇਹ ਗੱਲਾਂ ਕਰਕੇ, ਕਿਉਂਕਿ ਭਾਅ ਜੀ ਦਿਲ ਬੜਾ ਦੁਖਦਾ, ਜਿੱਥੇ ਬੰਦਾ ਰਹਿੰਦਾ ਹੋਏ, ਜਿੱਥੇ ਕਦਰ ਨਾ ਹੋਏ, ਜਿੱਥੇ ਕੋਈ ਪਰਿਵਾਰ ਨੂੰ ਪੁੱਛਦਾ ਨਾ ਹੋਏ। ਹੁਣ ਫਾਦਰ ਸਾਹਿਬ ਇੰਨੇ ਬਿਮਾਰ ਰਹੇ ਆ, ਹੁਣ ਭਾਈ ਸਾਹਿਬ ਦੇ ਫਾਦਰ ਸਾਹਿਬ ਇੰਨੇ ਹਸਪਤਾਲ ਦਾਖਲ ਨੇ, 5-6 ਲੱਖ ਰੁਪਏ ਭਾਈ ਸਾਹਿਬ ਦਾ ਲੱਗਿਆ, ਇੱਕ ਵਾਰ ਵੀ ਭਾਈ ਸਾਹਿਬ ਨੂੰ ਨਹੀਂ ਪੁੱਛਿਆ ਇਹਨਾਂ ਨੇ। ਹੁਣ ਭਾਈ ਸਾਹਿਬ ਦਾ ਵੀ ਮਨ ਖੱਟਾ ਪੈ ਗਿਆ, ਕਹਿੰਦੇ ਯਾਰ ਆਪਾਂ ਇੰਨੇ ਸਾਲ ਦੀ ਡਿਊਟੀ ਕਰ ਰਹੇ ਹਾਂ, ਠੀਕ ਹੈ ਨਾ, 8-8 ਹਜ਼ਾਰ ਰੁਪਇਆ, 9-9 ਹਜ਼ਾਰ ਰੁਪਇਆ ਤਨਖਾਹਾਂ ਹੈ, ਜਿੰਨੀ ਗੁਜ਼ਾਰਾ ਹੋਣਾ ਫਿਰ ਕੀ ਕਰਨਾ ਡਿਊਟੀ ਕਰਕੇ, ਇਸ ਤੋਂ ਵਧੀਆ ਖੁੱਲ੍ਹੇ ਪ੍ਰੋਗਰਾਮ ਕਰਾਂਗੇ। ਫਿਰ ਭਾਈ ਸਾਹਿਬ ਨੇ ਵੀ ਡਿਊਟੀ ਛੱਡਤੀ, ਹੁਣ ਭਾਈ ਸਾਹਿਬ ਤੇਜਿੰਦਰ ਸਿੰਘ ਜੀ ਨੇ ਅਤੇ ਮੈਂ ਵੀ ਨਾਲ ਹੀ ਛੱਡਤੀ ਡਿਊਟੀ। ਇੱਥੇ ਆਪਣੀ ਕਿਰਤ ਵੀ ਕਰ ਰਹੇ ਹੋ, ਨਾਲ ਨਾਲ ਡਿਊਟੀ ਵੀ ਕਰਦੇ ਸੀ, ਉੱਥੋਂ ਵੀ ਪੈਸੇ ਮਿਲਦੇ ਸੀ, ਇੱਥੇ ਵੀ ਤੁਹਾਨੂੰ ਮੁਨਾਫਾ ਹੁੰਦਾ ਸੀ ਕੁਝ ਨਾ ਕੁਝ, ਪਰ ਅਜਿਹੇ ਕਿਹੜੇ ਕਾਰਨ ਪੈਦਾ ਹੋਏ ਕਿ ਉੱਥੋਂ ਵੀ ਤੁਸੀਂ ਡਿਊਟੀ ਛੱਡਤੀ ਅਤੇ ਇੱਥੋਂ ਵਾਲਾ ਪ੍ਰੋਸੈਸ ਸਿਸਟਮ ਵੀ ਪਤਾ ਨਹੀਂ ਕਿਵੇਂ ਚਲਾਉਂਗੇ ਅੱਗੇ? ਉਹ ਦੇਖੋ ਜੀ, ਪਰਮਾਤਮਾ ਬੈਠਿਆ, ਗੁਰੂ ਸਾਹਿਬ ਉਹਨੇ ਆਪ ਹੀ ਚਲਾਉਣਾ। ਬਾਕੀ ਗੱਲ ਆਈ ਹੈ ਭਾਅ ਜੀ, ਜਦੋਂ ਦਿਲ ਟੁੱਟ ਜਾਏ ਜਿੱਥੇ ਕਦਰ ਨਾ ਹੋਏ, ਹੈ ਨਾ ਜੀ, ਫਿਰ ਉੱਥੇ ਭਾਅ ਜੀ ਡਿਊਟੀ ਕਰਨ ਦਾ ਦਿਲ ਨਹੀਂ ਮੰਨਦਾ। ਡਿਊਟੀ ਪੱਕੇ ਤੌਰ 'ਤੇ ਛੱਡਤੀ ਹੈ ਜਾਂ ਇਸ ਤੋਂ ਬਾਅਦ ਕੋਈ ਹੋਰ ਗੁਰਦੁਆਰਾ ਦੇਖਣ ਦੀ ਇੱਛਾ ਹੈ ਤੁਹਾਡੀ? ਨਹੀਂ ਦੇਖੋ, ਇੱਥੋਂ ਤਾਂ ਛੱਡਤੀ ਭਾਅ ਜੀ, ਹੁਣ ਭਾਈ ਸਾਹਿਬ ਨਾਲ ਹੀ ਹਾਂ ਜੀ, ਮੈਂ ਖੁੱਲ੍ਹੇ ਪ੍ਰੋਗਰਾਮ ਕਰਾਂਗੇ, ਸੰਗਤ ਭਾਈ ਸਾਹਿਬ ਨੂੰ ਬੜਾ ਪਿਆਰ ਕਰਦੀ ਹੈ, ਜਿੱਥੇ ਭਾਈ ਸਾਹਿਬ ਜਾਣਗੇ ਨਾਲ ਹੀ ਭਾਈ ਸਕਦੇ ਹਾਂ। ਦੇਖੋ ਭਾਅ ਜੀ, ਕੀਰਤਨ ਨਹੀਂ ਛੱਡ ਸਕਦੇ, ਠੀਕ ਹੈ ਨਾ, ਮੈਂ ਗੱਲ ਕਹਾਂ ਤੁਹਾਨੂੰ, ਕੀਰਤਨ ਤੋਂ ਭਾਅ ਜੀ ਸਾਨੂੰ ਬਹੁਤ ਕੁਛ ਮਿਲਿਆ, ਇਸ ਲੈਨ 'ਚੋਂ ਸਾਨੂੰ ਬੜਾ ਕੁਛ ਮਿਲਿਆ ਮਹਾਰਾਜ, ਠੀਕ ਹੈ ਨਾ, ਅਸੀਂ ਇਹਦਾ ਦੇਣ ਨਹੀਂ ਦੇ ਸਕਦੇ ਸਾਰੀ ਜ਼ਿੰਦਗੀ। ਨਾਲੇ ਦੇਖੋ ਗੁਰੂ ਸਾਹਿਬ ਨੇ ਇੰਨੀ ਦਾਤ ਬਖਸ਼ੀ ਕੀਰਤਨ ਦੀ, ਨਾਲੇ ਚਲੋ ਇਸੇ ਬਹਾਨੇ ਜਵਾਂ 'ਚੋਂ ਰਸ ਕੀ ਕਹਿੰਦੇ ਗੁਰੂ ਦੀ ਮਹਿਮਾ ਹੋ ਜਾਂਦੀ ਹੈ। ਬਸ ਇਹਨਾਂ ਜਿਹੜੇ ਕਢਾਉਂ ਚੌਧਰੀ ਬੈਠੇ ਆ, ਇਹਨਾਂ ਤੋਂ ਦੁਖੀ ਹੋ ਕੇ ਭਾਅ ਜੀ ਕੀਰਤਨ ਦੇ ਗੁਰਦੁਆਰਾ ਸਾਹਿਬ ਛੱਡਤਾ। ਬਸ ਇੱਥੇ ਗੁਰਦੁਆਰਾ ਸਾਹਿਬ ਤੁਸੀਂ ਸਵੇਰੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਾ ਕੇ ਆਉਂਦੇ ਹੋ ਅਤੇ ਇੱਥੇ ਤੁਸੀਂ ਦੁਕਾਨ ਲਗਾ ਲੈਂਦੇ ਹੋ ਅਤੇ ਸੰਗਤਾਂ ਨਹੀਂ ਆ ਕੇ ਤੁਹਾਡੇ ਨਾਲ ਕੋਈ ਵਾਰਤਾਲਾਪ ਕਰਦੀਆਂ? ਸੰਗਤ ਭਾਅ ਜੀ, ਸੰਗਤ ਬਹੁਤ ਇੱਥੇ ਪੁੱਛਦੀ, ਸੰਗਤ ਬਹੁਤ ਹੈ ਜੀ, ਅਤੇ ਹੁਣ ਸੰਗਤ ਨੂੰ ਵੀ ਪਤਾ ਕਿ ਹਾਂ ਬੱਚੇ ਦੇ ਪਾਲਣੇ ਹੀ ਆਪਣੇ, ਹੈ ਨਾ ਜੀ, ਤੁਸੀਂ ਆਪ ਸਮਝਦਾਰ ਹੋ। ਹੁਣ ਜਦੋਂ ਗੁਜ਼ਾਰਾ ਨਹੀਂ ਹੋਣਾ ਅਤੇ ਹੁਣ ਗਰਮੀਆਂ 'ਚ ਤੁਹਾਨੂੰ ਪਤਾ ਪ੍ਰੋਗਰਾਮ ਘੱਟ ਜਾਂਦੇ ਬਿਲਕੁਲ ਹੀ, ਹਾਂਜੀ, ਸਿਆਲਾਂ 'ਚ ਹੈ ਚਲੋ ਪ੍ਰੋਗਰਾਮ ਚੱਲਦੇ ਰਹਿੰਦੇ ਆ। ਇਹ ਕਮੇਟੀ ਵਾਲੇ ਕਹਿੰਦੇ ਕਿ ਤੁਹਾਨੂੰ ਆਮਦਨ ਬਹੁਤ ਹੈ ਇੱਥੇ, ਇਹ ਜਦੋਂ ਦੇਖਦੇ ਨਾ ਟੋਕਰੀ ਜਦੋਂ ਭਰ ਜਾਂਦੀ ਹੈ 10-10 ਨੋਟਾਂ ਦੀ, ਹੈ ਕਹਿੰਦੇ ਤੁਹਾਨੂੰ ਤਾਂ ਆਮਦਨ ਬਹੁਤ ਹੈ, ਉਹ ਦੱਸੋ ਸੰਗਤ ਪੈਸੇ ਦੇ ਰਹੀ ਹੈ, ਤੁਸੀਂ ਆਪਣੇ ਘਰੋਂ ਦੇ ਰਹੇ ਹੋ ਪੈਸੇ, ਹੈ ਨਾ ਜੀ, ਸੰਗਤ ਦਾ ਪੈਸਾ ਹੈ, ਜੇ ਅਸੀਂ ਚਲੋ 20-25 ਹਜ਼ਾਰ ਕਮਾ ਵੀ ਰਹੇ ਹਾਂ, ਇਹਨਾਂ ਨੂੰ ਉਹ ਚੁੱਭਦਾ ਕਿ ਹਾਂ ਇੰਨੇ ਪੈਸੇ ਕਮਾ ਰਹੇ ਆ। ਠੀਕ ਹੈ ਜੀ, ਮੈਨੂੰ ਇਹ ਗੱਲ ਦੱਸੋ, 20 ਹਜ਼ਾਰ ਰੁਪਏ ਮੈਂ ਦਿੰਦਾ ਪ੍ਰਧਾਨ ਨੂੰ, ਮੈਂ ਉਹਨੂੰ ਦਿੰਦਾ 20 ਹਜ਼ਾਰ ਰੁਪਏ ਆਪਣੇ ਵੱਲੋਂ, ਉਹਨੂੰ ਕਹਾਂਗਾ ਆਪਣਾ ਪਰਿਵਾਰ ਪਾਲ ਕੇ ਦਿਖਾ 20 ਦਿਨ ਮਹੀਨੇ 'ਚ, ਹੈ ਜੀ, ਪਾਲੇਗਾ ਪਰਿਵਾਰ ਆਪਣਾ, ਇਹਨਾਂ ਦੀ ਪੈਨਸ਼ਨਾਂ ਲੱਗੀਆਂ 80-80 ਹਜ਼ਾਰ ਰੁਪਇਆ, ਹੈ, ਅਤੇ ਸਾਨੂੰ 8-9 ਹਜ਼ਾਰ ਦਿੰਦੇ, ਇਹਨਾਂ ਦਾ ਢਿੱਡ ਦੁਖਦਾ, ਇਹ ਕਹਿੰਦੇ ਵੀ ਤਨਖਾਹਾਂ ਬਹੁਤ ਹੈ। ਕਹਿੰਦੇ ਇਸ ਗੱਲ ਦੀ ਹਯਾ ਨਹੀਂ ਆਉਂਦੀ ਕਿ ਜਿਹੜਾ ਗੁਰੂ ਘਰ ਦਾ ਰਾਗੀ ਹੈ, ਪ੍ਰਚਾਰਕ ਹੈ ਜਾਂ ਗ੍ਰੰਥੀ ਸਿੰਘ ਹੈ, ਉਹ ਤਾਂ ਇਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀਆਂ ਨਿਭਾਉਂਦਾ ਹੈ, ਪਰ ਦੁਨੀਆ ਦੇ ਜਿਹੜੇ ਲੋਕ ਹੈ ਉਹ ਕੀ ਸੋਚਣਗੇ ਕਿ ਰਾਗੀ ਸਿੰਘਾਂ ਨੂੰ ਜਾਂ ਗ੍ਰੰਥੀਆਂ ਨੂੰ ਇਸ ਤਰੀਕੇ ਦੇ ਨਾਲ ਕੰਮ ਕਰਨਾ ਪੈ ਰਿਹਾ? ਭਾਅ ਜੀ, ਸਤਿਕਾਰ ਨਹੀਂ ਰਿਹਾ ਬਿਲਕੁਲ, ਅੱਜ ਵੀ ਮੈਂ ਤੁਹਾਨੂੰ ਦੱਸਾਂ, ਅੱਜ ਕੱਲ੍ਹ ਕਈ ਮੈਂ ਦੇਖੇ ਰਾਗੀ ਸਿੰਘ, ਪਾਰਟੀ ਸਿੰਘ ਅਗਲੇ ਟੈਕਸੀਆਂ ਪਾ ਕੇ ਬਹਿ ਗਏ। ਮੈਂ ਤੁਹਾਨੂੰ ਹੁਣ ਮਿਲਾ ਵੀ ਦਾਂਗਾ, ਮੇਰੇ ਯਾਰ ਦੋਸਤ ਹੈ ਰਾਗੀ ਸਿੰਘ, ਉਹ ਫੈਕਟਰੀਆਂ 'ਚ ਜਾ ਕੇ ਲੱਗੇ ਭਾਅ ਜੀ, ਉਹ ਕਹਿੰਦੇ ਯਾਰ ਅਸੀਂ ਲੈਣ 'ਚ, ਕਹਿੰਦਾ ਇਹ ਜਿਹੜੇ ਬੈਠੇ ਨਾ ਕਢਾਉਂ ਚੌਧਰੀ, ਹੈ ਨਾ, ਇਹਨਾਂ ਤੋਂ ਦੁਖੀ ਹੋ ਕੇ
ਉਹ ਅਗਲੇ ਆਪਣਾ ਕੰਮ ਕਰ ਰਿਹਾ, ਕਹਿੰਦਾ ਯਾਰ ਮੈਂ ਫੈਕਟਰੀ 'ਚ ਕੰਮ ਕਰਦਾ ਭਾਅ ਜੀ, ਸਵੇਰੇ ਜਾਣਾ 8 ਵਜੇ, ਸ਼ਾਮੀ 6 ਵਜੇ ਆ ਜਾਂਦਾ ਅਤੇ 1200 ਰੁਪਏ ਮੈਂ ਜੇਬ 'ਚ ਪਾ ਕੇ ਆ ਜਾਂਦਾ, 1200 ਰੁਪਏ ਭਾਅ ਜੀ ਇੱਕ ਦਿਨ ਦਾ, ਠੀਕ ਹੈ ਨਾ। ਹੁਣ ਇੱਥੇ ਆਪਾਂ ਜੇ ਲੱਗੇ ਰਹੀਏ ਤਾਂ ਹੁਣ ਦੇਖ ਲਓ 8000 ਰੁਪਏ ਮਿਲਦਾ ਮਹੀਨੇ ਦਾ, ਨਾ ਬੰਦਾ ਕਿੱਥੇ ਜਾ ਸਕੇ ਨਾ ਆ ਸਕੇ, ਹੈ ਨਾ ਜੀ। ਫਿਰ ਦੱਸੋ ਹੁਣ ਇਸ ਤੋਂ ਵਧੀਆ ਤਾਂ ਫਿਰ ਬੰਦਾ ਫੈਕਟਰੀ 'ਚ ਲੱਗ ਜੇ। ਫਿਰ ਮੈਂ ਕਿਹਾ ਫਿਰ ਆਪਣਾ ਕੰਮ ਹੀ ਬੰਦਾ ਕਰ ਲਿਓ, ਠੀਕ ਹੈ ਭਾਅ ਜੀ, ਨਾ ਕਿਸੇ ਦੀ ਸੁਣਨੀ ਪਏਗੀ ਨਾ ਕੁਛ। ਤੁਹਾਡੇ ਵੱਲ ਦੇਖ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਕੀਰਤਨ ਕਰਦੇ ਰਹੇ ਹੋ, ਅੱਜ ਵੀ ਕੀਰਤਨ ਕਰਦੇ ਹੋ, ਅਤੇ ਜੇ ਤੁਹਾਡੇ ਵੱਲ ਦੇਖ ਕੇ ਤੁਹਾਨੂੰ ਦਿਸ਼ਾ ਨਿਰਦੇਸ਼ ਤੈਅ ਕਰਕੇ ਕੋਈ ਬੱਚਾ ਤੁਹਾਡਾ ਕੋਈ ਪਰਿਵਾਰ ਦੇ ਵਿੱਚੋਂ ਰਿਸ਼ਤੇਦਾਰ ਦੇ ਵਿੱਚੋਂ ਕੀਰਤਨ ਦੇ ਰਾਹ ਪੈ ਜਾਂਦਾ ਹੈ, ਤਾਂ ਉਹਦੇ ਵਾਸਤੇ ਸੁਝਾਅ ਕੀ ਜਾਰੀ ਕਰੋਗੇ? ਮੇਰਾ ਤਾਂ ਭਾਅ ਜੀ ਇਹੀ ਹੈ, ਮੇਰਾ ਮਨ ਤਾਂ ਇਹ ਕਿ ਮੈਂ ਬੱਚੇ ਨੂੰ ਆਪਣੇ ਇਸ ਲਾਈਨ 'ਚ ਨਹੀਂ ਪਾਉਣਾ, ਬਾਕੀ ਗੁਰੂ ਸਾਹਿਬ ਦੀ ਮਿਹਰ ਹੋ ਜੇ ਉਹ ਮੈਂ ਕੁਛ ਕਹਿ ਨਹੀਂ ਸਕਦਾ, ਹੈ ਨਾ ਜੀ। ਲੇਕਿਨ ਹਾਂ, ਸ਼ੌਂਕਿਆ ਤੌਰ 'ਤੇ ਮੈਂ ਸਿਖਾ ਸਕਦਾ ਉਹਨੂੰ, ਲੇਕਿਨ ਇਸ ਲਾਈਨ 'ਚ ਨਹੀਂ ਪਾਉਣਾ ਕਿ ਹਾਂ ਬੇਟਾ ਤੂੰ ਕੀਰਤਨ ਹੀ ਕਰਨਾ, ਜਾਂ ਤੂੰ ਗੁਰਦੁਆਰੇ ਲੱਗਣਾ ਜਾ ਕੇ, ਜੋ ਕਿ ਜੋ ਸਾਡੇ ਨਾਲ ਹੋ ਰਿਹਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨਾਲ ਵੀ ਹੋਏ। ਜਿੰਨਾ ਮਰਜ਼ੀ ਭਾਅ ਜੀ ਸਟਰਗਲ ਕਰਨਾ ਪਏ, ਬੱਚਿਆਂ ਵਾਸਤੇ ਦਿਨ ਰਾਤ ਇੱਕ ਕਰਾਂਗੇ, ਠੀਕ ਹੈ ਨਾ, ਉਹਨਾਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ, ਵੱਡੇ ਅਫਸਰ ਬਣਾਵਾਂਗੇ, ਹੈ ਨਾ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਹੋ ਸਕਦਾ। ਲੇਕਿਨ ਕਦੇ ਇਹ ਨਹੀਂ ਸੋਚਿਆ ਕਿ ਉਹਨੂੰ ਜਾਂ ਗ੍ਰੰਥੀ ਜਾਂ ਰਾਗੀ ਬਣਾਵਾਂਗੇ। ਇਹ ਹੱਦ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਅਸੀਂ ਵੱਡੀਆਂ ਸੰਗਮਰਮਰ ਦੀਆਂ ਇਮਾਰਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਣਾ ਰਹੇ ਹਾਂ, ਪਰ ਜਿਹੜੇ ਰਾਗੀ ਸਿੰਘ ਨੇ ਜਾਂ ਗ੍ਰੰਥੀ ਸਿੰਘ ਨੇ ਉਹਨਾਂ ਦਾ ਜਿਹੜਾ ਆਰਥਿਕ ਜੀਵਨ ਹੈ ਕਿਹੜੇ ਪੱਧਰ ਦਾ ਸੀ, ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਜ਼ਿੰਮੇਦਾਰ ਬਣਦੇ ਨਜ਼ਰ ਆ ਰਹੇ ਹਾਂ। ਇਸ ਨੂੰ ਲੈ ਕੇ ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਰਾਗੀ ਸਿੰਘਾਂ ਦੀ ਜਾਂ ਪ੍ਰਚਾਰਕ ਗ੍ਰੰਥੀ ਸਿੰਘਾਂ ਦੀ ਦਸ਼ਾ ਹੋਣੀ ਚਾਹੀਦੀ ਸੀ, ਅਤੇ ਕਿਤੇ ਨਾ ਕਿਤੇ ਉਹ ਜਿਹੜੀ ਦਸ਼ਾ ਆ ਉਹ ਉਸ ਤਰੀਕੇ ਦੀ ਹੁੰਦੀ ਨਜ਼ਰ ਨਹੀਂ ਆ ਰਹੀ। ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ, ਔਰ ਖਾਸ ਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਇੰਨਾ ਪੈਸਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਉਣ ਦੇ ਨਾਲ ਨਾਲ ਅਸੀਂ ਉਹਨਾਂ ਪਰਿਵਾਰਾਂ ਦੀ ਸੇਵਾ ਸੰਭਾਲ ਵੀ ਕਰ ਸਕੀਏ, ਜਿਹੜੇ ਪਰਿਵਾਰ ਸਿੱਖੀ ਦੇ ਨਾਲ ਆਪ ਤਾਂ ਜੁੜੇ ਨੇ, ਸਗੋਂ ਹੋਰਨਾਂ ਲੋਕਾਂ ਨੂੰ ਵੀ ਜੋੜਨ ਦੇ ਵਿੱਚ ਵੱਡੀ ਯੋਗਤਾ ਰੱਖਦੇ ਨੇ, ਭਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਚੀਜ਼ਾਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।